ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪਤਾਰਾ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦਾ ਉਦਘਾਟਨ ਆਦਮਪੁਰ ਦੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ, ਪਦਮ ਸ਼੍ਰੀ ਸਾਬਕਾ ਆਈਜੀ ਕਰਤਾਰ ਸਿੰਘ, ਸ਼ਾਨ ਫਾਈਨਾਂਸ ਦੇ MD ਬੂਟਾ ਸਿੰਘ ਪਤਾਰਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਵਿਧਾਇਕ ਪਵਨ ਕੁਮਾਰ ਟੀਨੂ ਅਤੇ ਬੂਟਾ ਸਿੰਘ ਪਤਾਰਾ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਸਾਬਕਾ ਕੌਂਸਲਰ ਬਲਵੀਰ ਸਿੰਘ ਬਿੱਟੂ, ਲਖਵੀਰ ਹਜ਼ਾਰਾ, ਸੁਖਵੀਰ ਸਿੰਘ ਅਤੇ ਅਰੁਣ ਸ਼ਰਮਾ ਆਦਿ ਹਾਜ਼ਰ ਸਨ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। तुम्हें बोला किसने था वहां जाने के लिए? खास करके कुश्तियां दे मेलियां दा प्रोग्राम ये बड़ी दृढ़ता दे नाल लगाई है। किसी बेअकल ने तुझको कुछ अकल भी सिखाई है? अकल होती तो क्या था, अकल का ही तो रोना है। बदौलत इस अकल के खाके इस्लाम का खामोश। अरे लोग, तुझको किसी ने कुछ बुद्धि भी सिखाई है या तूने आज तक पशुओं में उम्र गवाई है? हाँ हाँ, ध्यान आया, तुझको अकल कौन सिखाता, कौन खिलाता? पिता का साया तो सिर से जाता रहा, चाचा को क्या प्रचोदन? खैर, मैं तो बदतमीज़ ही सही, किंतु बुद्धि ठिकाने आपकी भी नहीं रही। जो इतने गंभीर समस्या है, इसमें भी आप बुद्धि का प्रयोग नहीं कर रहे। मेरे बाप ने जो जैसा किया वैसा उसने फल पा लिया। मेरे लिए अपने चाचा का फर्ज निभाना ही मेरा दायित्व है। और राख के घर के झगड़े रावण का छेड़, तू तुझ दो पराई क्या पड़ी, पहले अपनी नबेड़ तू। दुनिया के बड़े बड़े पहलवाना नु चित किया ते दुनिया के लोग ਭਲਵਾਨ ਕਰਤਾਰ ਸਿੰਘ ਜੀ ਨੂੰ ਯਾਦ ਕਰਦੇ, ਇਹਨਾਂ ਨੂੰ ਜਾਣਦੇ। ਉਹ ਅੱਜ ਵਿਸ਼ੇਸ਼ ਰੂਪ ਵਿੱਚ ਸਾਡੇ ਕੋਲ ਆਏ ਆ। ਉਹਨਾਂ ਦਾ ਮੈਂ ਹਲਕਾ ਆਦਮਪੁਰ 'ਚ ਪਿੰਡ ਪਤਾਰੇ 'ਚ ਪਹੁੰਚਣ 'ਤੇ ਸਵਾਗਤ ਕਰਦਾ।
ਸਰਦਾਰ ਬਲਵੀਰ ਸਿੰਘ ਬਿੱਟੂ ਜੀ, ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ, ਉਹ ਵੀ ਆਏ। ਸਰਦਾਰ ਲਖਬੀਰ ਸਿੰਘ ਹਜ਼ਾਰਾ, ਯੂਥ ਲੀਡਰ, ਜਿਨ੍ਹਾਂ ਨੇ ਪਿੱਛੇ ਜਿਹੇ ਚੋਣ ਵੀ ਲੜੀ, ਉਹ ਵੀ ਆਪਣੀ ਹਾਜ਼ਰੀ ਸੰਗਤਾਂ ਦੇ ਵਿੱਚ ਲਗਵਾਉਣ ਵਾਸਤੇ ਆਏ। ਦੇਖੋ, ਰਾਮਲੀਲਾ ਹੋਈ, ਮੇਲੇ ਹੋਏ, ਕੀਰਤਨ ਦਰਬਾਰ ਹੋਏ, ਸ਼ੋਭਾ ਯਾਤਰਾਵਾਂ ਹੋਈਆਂ, ਇਹ ਸਾਰੇ ਤਿਉਹਾਰ ਸਾਡੇ ਪੰਜਾਬ ਦੀ ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹੈ। ਇਹਨਾਂ ਮੇਲਿਆਂ 'ਚ, ਇਹਨਾਂ ਪ੍ਰੋਗਰਾਮਾਂ 'ਚ ਆਪਾਂ ਸਾਰੇ ਹੀ ਸਾਂਝੇ ਤੌਰ 'ਤੇ ਪਿਆਰ ਨਾਲ ਇਕੱਠੇ ਹੁੰਦੇ ਹਾਂ, ਸਤਿਕਾਰ ਨਾਲ, ਸ਼ਰਧਾ ਨਾਲ ਇਕੱਠੇ ਹੁੰਦੇ ਹਾਂ। ਮੈਂ ਵੇਖ ਰਿਹਾ ਸੀ ਕਿ ਮਹੱਲਿਆਂ 'ਚੋਂ ਬੀਬੀਆਂ ਵੀ, ਭੈਣਾਂ, ਨੌਜਵਾਨ, ਬੱਚੇ ਸਾਰੇ ਇੱਧਰ ਨੂੰ ਆ ਰਹੇ। ਦੇਰ ਰਾਤ ਤੱਕ ਇਹ ਪ੍ਰੋਗਰਾਮ ਚੱਲਣਾ ਅਤੇ 19 ਤਰੀਕ ਨੂੰ ਦੁਸਹਿਰਾ ਵੀ ਹੈ, ਉਹ ਵੀ ਤਿਉਹਾਰ ਪੂਰੇ ਭਾਰਤ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ, ਤਾਂ ਫਿਰ 7 ਤਰੀਕ ਨੂੰ ਦੀਵਾਲੀ ਵੀ ਹੈ, ਜਿਹੜੀ ਦੁਨੀਆ ਦਾ ਮਸ਼ਹੂਰ ਤਿਉਹਾਰ ਹੈ। ਸੋ ਭੈਣੋ ਅਤੇ ਭਰਾਵੋ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਬਹੁਤ ਸਾਰੀਆਂ ਮਹਾਨ ਹਸਤੀਆਂ ਇੱਥੇ ਪਹੁੰਚੀਆਂ। ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਪਤਾਰਾ ਦੇ ਵਿੱਚ ਰਾਮਲੀਲਾ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਬੜੇ ਕਾਫੀ ਲੰਬੇ ਅਰਸੇ ਤੋਂ ਪਿੰਡ ਪਤਾਰਾ ਦੇ ਵਿੱਚ ਰਾਮਲੀਲਾ ਹੁੰਦੀ ਆ ਰਹੀ ਹੈ ਅਤੇ ਸਾਡਾ ਬੜਾ ਰਾਮਲੀਲਾ ਦੇ ਨਾਲ ਨੇੜਲਾ ਸੰਬੰਧ ਹੈ। ਅਸੀਂ ਵੀ ਇਸ ਸਟੇਜ ਦੇ ਉੱਤੇ ਕਾਫੀ ਚਿਰ ਮੇਘਨਾਥ ਦਾ ਰੋਲ ਕਰਦੇ ਰਹੇ ਹਾਂ ਅਤੇ ਅੱਜ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਇਹਨਾਂ ਨੇ ਸਾਨੂੰ ਐਜ਼ ਏ ਚੀਫ ਗੈਸਟ ਸੱਦ ਕੇ ਸਾਡੇ ਕੋਲੋਂ ਉਦਘਾਟਨ ਕਰਾਇਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਪਿੰਡ ਦਾ ਪ੍ਰੋਗਰਾਮ ਜਿਹੜਾ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਵੱਧ ਤੋਂ ਵੱਧ ਉਤਸ਼ਾਹ ਨਾਲ ਮਨਾਈਏ ਤਾਂ ਕਿ ਇਹ ਪ੍ਰੋਗਰਾਮ ਜਿਹੜਾ ਬਹੁਤ ਅੱਗੇ ਤੋਂ ਸੁਨਹਿਰੇ ਤਰੀਕੇ ਨਾਲ ਕੀਤਾ ਜਾਵੇ। ਬੋਲ ਸਿਆਪਤੀ ਰਾਮ ਚੰਦਰ ਕੀ ਜੈ। ਅਤੇ ਮੈਂ ਰਾਮਲੀਲਾ ਪ੍ਰਬੰਧਕ ਕਮੇਟੀ ਪਤਾਰਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸੱਦ ਕੇ ਇਹ ਸੇਵਾ ਬਖਸ਼ੀ ਆ ਅਤੇ ਅਸੀਂ ਅਗਲੇ ਸਾਲ ਤੋਂ ਵੀ ਵੱਧ ਚੜ੍ਹ ਕੇ ਰਾਮਲੀਲਾ ਅਤੇ ਦੁਸਹਿਰੇ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ। ਅਤੇ ਅੱਜ ਮੇਰੇ ਨਾਲ ਉਦਘਾਟਨ ਸਮਾਰੋਹ 'ਤੇ ਪਹੁੰਚੇ ਪਦਮ ਸ਼੍ਰੀ ਕਰਤਾਰ ਸਿੰਘ ਜੀ, ਸਾਬਕਾ IG, ਅਤੇ ਮੇਰੇ ਬ੍ਰਦਰ ਸਰਦਾਰ ਸੁਖਬੀਰ ਸਿੰਘ ਜੀ ਪਤਾਰਾ ਅਤੇ ਸਰਦਾਰ ਪਰਮਜੀਤ ਸਿੰਘ ਜੀ, ਸਾਬਕਾ ਸਰਪੰਚ, ਅਤੇ ਸਰਦਾਰ ਪ੍ਰਗਟ ਸਿੰਘ, ਸਾਬਕਾ ਸਰਪੰਚ, ਜੋ ਸਾਡੇ ਨਾਲ ਆਏ ਆ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਅਤੇ ਇਸ ਮੈਂ ਦੀਵਾਲੀ ਅਤੇ ਦੁਸਹਿਰੇ ਦੀਆਂ ਜਲੰਧਰ ਵਾਸੀਆਂ ਨੂੰ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ। ਬੋਲ ਸਿਆਪਤੀ ਰਾਮਚੰਦਰ ਕੀ ਜੈ। ਇਸ ਸਮਾਰੋਹ ਵਿੱਚ ਮੇਰਾ ਛੋਟਾ ਵੀਰ ਸਰਦਾਰ ਬੂਟਾ ਸਿੰਘ, ਜਿਸ ਨੇ ਆਪਣੇ ਪੁੱਤਰ ਦੇ ਨਾਂ 'ਤੇ ਜਿਹੜੀ ਸ਼ਾਨ ਫਾਈਨੈਂਸ ਆ, ਉਹਨੇ ਜਿੱਥੇ ਹੋਰ ਬਹੁਤਾ ਹੀ ਸਾਡੀ ਕਮੇਟੀ ਨੂੰ ਸਪੋਂਸਰ ਕੀਤਾ, ਉੱਥੇ ਅੱਜ ਉਦਘਾਟਨ ਕਰਨ ਲਈ ਇੱਥੇ ਸਾਰੇ ਸੱਜਣ ਪਹੁੰਚੇ ਨੇ। ਅਤੇ ਇਹ ਬੜਾ ਹੀ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਆਪਣੇ ਵੀਰ ਨਾਲ ਆ ਕੇ, ਅਤੇ ਇਲਾਕਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦੇ ਹਾਂ। ਪ੍ਰਬੰਧਕ ਕਮੇਟੀ ਵੀ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਪਿਛਲੇ 40-45 ਸਾਲ ਤੋਂ ਜੋ ਚੱਲ ਰਹੀ ਪਰੰਪਰਾ ਨੂੰ ਅੱਗੇ ਤੋਰਦਿਆਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ ਹੈ। ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ
ਹਰ ਸਾਲ ਦੀ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਹਾਂ, ਇਸੇ ਤਰ੍ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹਾਂਗੇ ਤਾਂ ਕਿ ਜਿੱਦਾਂ ਇਹੋ ਜਿਹਾ ਜਿਹੜੇ ਪ੍ਰੋਗਰਾਮ ਆ, ਜੋ ਕਿਉਂਕਿ ਸਾਡੇ ਸਾਰੇ ਇਲਾਕੇ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਜੋ ਪਤਾਰੇ ਵਿੱਚ ਹੋ ਰਿਹਾ, ਸਾਰੇ ਇਲਾਕੇ ਨਿਵਾਸੀਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਲੰਮੇ ਸਮੇਂ ਤੋਂ ਸਾਡਾ ਸਾਥ ਦਿੰਦੇ ਆ ਰਹੇ ਹਾਂ।